ਮੈਂ ਹਾਂ ਦਲਜੀਤ ਅਰੋੜਾ ਅਤੇ ਅੱਜ ਮੈਂ ਇੱਕ ਗੀਤ ਲਿਖਿਆ ਹੈ ਜਿਹੜਾ ਕਿ ਅੱਜ ਦੇ ਪੰਜਾਬ ਦੇ ਹਾਲਾਤਾਂ 'ਤੇ ਹੈ। ਸਮਾਜਿਕ ਹਾਲਾਤ ਕਹਿ ਲਓ, ਸਿਆਸੀ ਕਹਿ ਲਓ, ਪਰ ਮੇਰਾ ਮਨ ਸੀ ਕਿ ਅੱਜ ਇਹਨੂੰ ਬੋਲ ਕੇ ਤੁਹਾਡੇ ਰੂਬਰੂ ਕੀਤਾ ਜਾਏ। ਇਹਦਾ ਟਾਈਟਲ ਹੈ ਜੀ, ਮੈਂ ਹਾਂ ਪੰਜਾਬ ਬੋਲਦਾ। ਥੋੜ੍ਹਾ ਗੌਰ ਫਰਮਾਉਣਾ ਥੋੜ੍ਹਾ ਜਿਹਾ। ਮੈਂ ਹਾਂ ਪੰਜਾਬ ਬੋਲਦਾ, ਮੈਂ ਹਾਂ ਪੰਜਾਬ ਬੋਲਦਾ, ਪੰਜਾਬ ਆਪਣੀ ਗੱਲ ਆਪ ਕਹਿ ਰਿਹਾ। ਆਪਣੇ ਹਾਂ ਦੁੱਖੜੇ ਫੋਲਦਾ, ਮੇਰੀ ਗੱਲ ਸੁਣ ਕੇ ਦੱਸਿਓ ਕਿ ਮੈਂ ਹਾਂ ਝੂਠ ਬੋਲਦਾ, ਮੈਂ ਹਾਂ ਪੰਜਾਬ ਬੋਲਦਾ। ਜਦ ਕੋਈ ਨਸ਼ਿਆਂ ਦਾ ਟੀਕਾ ਮੇਰੇ ਹੈ ਪਿੰਡੇ ਚੁੱਭਦਾ, ਪੰਜਾਬ ਕਹਿ ਰਿਹਾ, ਜਦ ਕੋਈ ਨਸ਼ਿਆਂ ਦਾ ਟੀਕਾ ਮੇਰੇ ਹੈ ਪਿੰਡੇ ਚੁੱਭਦਾ, ਸੱਚ ਮੰਨਿਓ ਖੰਜਰ ਵਾਂਗੂ ਸਿੱਧਾ ਹੈ ਸੀਨੇ ਖੁੱਭਦਾ। ਵਿਦੇਸ਼ਾਂ ਵਿੱਚ ਪੜ੍ਹਨ ਬਹਾਨੇ ਬੱਚੇ ਜਦ ਵੱਖ ਹੁੰਦੇ ਨੇ, ਪੁੱਛੋ ਨਾ ਪੱਥਰ ਕਿੰਨੇ ਸੀਨੇ 'ਤੇ ਰੱਖ ਹੁੰਦੇ ਨੇ। ਭਰਿਆ ਪੀਤਾ ਅੱਜ ਅੱਕ ਕੇ ਆਪਣਾ ਮੈਂ ਮੂੰਹ ਹਾਂ ਖੋਲਦਾ, ਮੈਂ ਹਾਂ ਪੰਜਾਬ ਬੋਲਦਾ, ਆਪਣੇ ਹਾਂ ਦੁੱਖੜੇ ਫੋਲਦਾ। ਪੰਜਾਂ ਦਰਿਆਵਾਂ ਕਰਕੇ ਮੈਨੂੰ ਪੰਜ ਆਬ ਸੀ ਕਹਿੰਦੇ, ਵੰਡੀਆਂ ਤੋਂ ਬਾਅਦ ਬਚੇ ਜੋ ਪਾਣੀ ਪਏ ਹੇਠਾਂ ਲਹਿੰਦੇ। ਅੱਜ ਉਹ ਪਾਣੀ ਦੀ ਦੁਰਦਸ਼ਾ ਏ, ਆਉਣ ਵਾਲੇ 15-20 ਸਾਲਾਂ ਤੋਂ ਬਾਅਦ ਪੰਜਾਬ 'ਚ ਪੀਣ ਜੋਗਾ ਪਾਣੀ ਨਹੀਂ ਲੱਭਣਾ। ਪੰਜਾਂ ਦਰਿਆਵਾਂ ਕਰਕੇ ਮੈਨੂੰ ਪੰਜ ਆਬ ਸੀ ਕਹਿੰਦੇ, ਵੰਡੀਆਂ ਤੋਂ ਬਾਅਦ ਬਚੇ ਜੋ ਪਾਣੀ ਪਏ ਹੇਠਾਂ ਲਹਿੰਦੇ। ਭੁੱਲ ਰਹੀਆਂ ਕਦਰਾਂ ਕੀਮਤਾਂ ਵਿਰਸਾ ਅਤੇ ਸੱਭਿਆਚਾਰ, ਭੁੱਲ ਰਹੀਆਂ ਕਦਰਾਂ ਕੀਮਤਾਂ ਵਿਰਸਾ ਅਤੇ ਸੱਭਿਆਚਾਰ, ਗੀਤਾਂ 'ਚੋਂ ਗੁੰਮ ਹੈ ਸ਼ਾਇਰੀ ਸ਼ਿਵ ਬੁੱਲੇ ਹੋਏ ਵਿਸਾਰ। ਜੋ ਅੱਜ ਗਾਇਕੀ ਦਾ ਹਾਲ ਹੈ ਤੁਸੀਂ ਸਮਝ ਸਕਦੇ ਹੋ। ਫੋਕੀ ਸ਼ੋਹਰਤ ਲਈ ਬੰਦਾ ਜਾਵੇ ਜ਼ਮੀਰ ਰੋਲਦਾ, ਮੈਂ ਹਾਂ ਪੰਜਾਬ ਬੋਲਦਾ, ਆਪਣੇ ਹਾਂ ਦੁੱਖੜੇ ਫੋਲਦਾ, ਮੇਰੀ ਗੱਲ ਸੁਣ ਕੇ ਦੱਸਿਓ ਕਿ ਮੈਂ ਹਾਂ ਝੂਠ ਬੋਲਦਾ। ਆਖਰੀ ਅੰਦਰ ਆਏ, ਆਪਣੇ ਹੀ ਹੱਕਾਂ ਖਾਤਰ ਆਪਣੇ ਹੀ ਘਰ ਵਿੱਚ ਧਰਨੇ। ਜੋ ਅੱਜ ਚੱਲ ਰਿਹਾ, ਪੁੱਛੀਏ ਸਰਕਾਰਾਂ ਕੋਲੋਂ ਕਿੰਨਾ ਚਿਰ ਧੱਕੇ ਜਰਨੇ, ਪੁੱਛੀਏ ਸਰਕਾਰਾਂ ਕੋਲੋਂ ਕਿੰਨਾ ਚਿਰ ਧੱਕੇ ਜਰਨੇ। ਪਿੰਡਾਂ ਦੇ ਮਹਿਲ ਚੁਬਾਰੇ ਅੰਦਰੋਂ ਨੇ ਖਾਲੀ ਸਾਰੇ, ਕਿਉਂਕਿ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਬਾਹਰ ਜਾ ਰਹੀ ਹੈ। ਪਿੰਡਾਂ ਦੇ ਮਹਿਲ ਚੁਬਾਰੇ ਅੰਦਰੋਂ ਨੇ ਖਾਲੀ ਸਾਰੇ, ਕਰਜ਼ੇ ਨੇ ਕੀਤਾ ਕੰਗਲਾ, ਉੱਦਾਂ ਮੈਨੂੰ ਕਹਿੰਦੇ ਰੰਗਲਾ। ਅੱਜ ਰੰਗਲੇ ਪੰਜਾਬ ਦੀ ਗੱਲ ਹੋ ਰਹੀ ਹੈ ਅਤੇ ਜੋ ਪੰਜਾਬ ਦੇ ਹਾਲਾਤ ਹੈ। ਕਰਜ਼ੇ ਨੇ ਕੀਤਾ ਕੰਗਲਾ, ਉੱਦਾਂ ਮੈਨੂੰ ਕਹਿੰਦੇ ਰੰਗਲਾ। ਮੇਰੇ ਵਿਚਲਾ ਇਹ ਸ਼ਾਇਰ ਸਭ ਦੇ ਹਿਰਦੇ ਟਟੋਲਦਾ, ਕਿ ਤੁਸੀਂ ਵੀ ਆਪਣੇ ਦਿਲ ਦੀ ਗੱਲ ਕਰੋ। ਮੈਂ ਹਾਂ ਪੰਜਾਬ ਬੋਲਦਾ, ਆਪਣੇ ਹਾਂ ਦੁੱਖੜੇ ਫੋਲਦਾ, ਮੇਰੀ ਗੱਲ ਸੁਣ ਕੇ ਦੱਸਿਓ ਕਿ ਮੈਂ ਹਾਂ ਝੂਠ ਬੋਲਦਾ, ਮੈਂ ਹਾਂ ਪੰਜਾਬ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਜੇ ਇਹ ਮੇਰਾ ਗੀਤ ਚੰਗਾ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ। ਮੈਂ ਆਪਣੇ
ਨਿੱਜੀ ਚੈਨਲ 'ਤੇ ਇਹਨੂੰ ਪੋਸਟ ਕਰ ਰਿਹਾ ਵਾਂ, ਅਤੇ ਕਾਇੰਡਲੀ ਉਹਨੂੰ ਸਬਸਕ੍ਰਾਈਬਰ ਵੀ ਉਹਦੇ ਵਧਾਉਣ ਦੀ ਕੋਸ਼ਿਸ਼ ਕਰਿਓ, ਉਹਨੂੰ ਸਬਸਕ੍ਰਾਈਬ ਕਰਿਓ, ਅਤੇ ਬਾਕੀ ਫਿਰ ਮਿਲਾਂਗੇ ਕੋਈ ਨੈਕਸਟ ਨਵਾਂ ਖਿਆਲ ਜੇ ਮਨ 'ਚ ਆਉਂਦਾ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਤਿ ਸ਼੍ਰੀ ਅਕਾਲ।